ਲੋਕ ਮੈਨੂੰ ਦੇਖ ਕੇ ਪਾਸਾ ਬਟਨ ਲਾਗੇ ਗਏ ਯਾਰ ਇਹ ਹਮਲੀ ਆ ਗਿਆ ਇਸ ਮੈਕੀਆ ਆ ਗਿਆ ਤਾਂ ਮੇਰੀ ਦਿਮਾਗੀ ਸੰਤੁਲਨ ਖਰਾਬ ਹੁੰਦਾ ਗਿਆ ਜਿੱਦਾਂ ਮੈਨੂੰ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਪ੍ਰੋਪਰ ਤੇ ਤਾਂ ਮੇਰੀ ਮਾਤਾ ਰੋਣ ਲੱਗ ਗਈ ਮੇਰੀ ਮਾਤਾ ਨੇ ਉੱਥੇ ਹੱਥ ਜੋੜੇ ਉਹਨੂੰ ਵੀਰੇ ਨੂੰ ਵੱਡਾ ਭਰਾ ਉਹਨੂੰ ਹੱਥ ਜੋੜ ਕੇ ਕਿਹਾ ਕਿ ਅੱਜ ਤੋਂ ਬਾਅਦ ਤੂੰ ਇਹਨੂੰ ਰੱਖ ਲੈ ਤੂੰ ਬਚਾ ਮਾਰ ਜੋ ਮਰਜ਼ੀ ਕਰ ਇਹਨੂੰ ਇਹਦੀ ਜ਼ਿੰਦਗੀ ਬਚਾਰਾ ਜੇ ਬਚਦੀ ਆ ਸਾੰਦਾ ਰਿਸ਼ਤੇਦਾਰ ਵੀ ਇਦਾਂ ਕਹਿਣ ਲੱਪੇ ਕਿ ਸਾਡੀਆਂ ਧੀਆਂ ਦੇ ਰਿਸ਼ਤੇ ਨਹੀਂ ਲੈਣੇ ਹੈਗੇ ਕਿਸੇ ਨੇ ਵੀ ਜਦੋਂ ਉਹਨਾਂ ਨੇ ਦੇਖਿਆ ਕਿ ਇਹਦੇ ਹਾਲਾਤ ਵਿਗੜਦੇ ਜਾਂਦੇ ਨੇ ਕਿ ਛੇ ਦੀ ਬਚੇ ਹੋ ਸਕਦਾ ਕਿ ਇਹਦੀ ਮੌਤ ਵੀ ਹੋ ਸਕਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਜਗਰੂਪ ਸਿੰਘ ਪਟਿਆਲੇ ਤੋਂ ਮੈਂ ਇੱਥੇ ਆਪਣੀ ਦਾਸਤਾں ਸਾਂਝੀ ਕਰਨ ਆਇਆ ਤੁਹਾਡੇ ਨਾਲ ਕਿ ਮੈਂ ਕਿਵੇਂ ਨਸ਼ੇ ਦੀ ਦਲਦਲ ਵਿੱਚ ਫਸਿਆ ਸੀਗਾ ਤੇ ਉਹਦੇ ਵਿੱਚੋਂ ਨਿਕਲ ਆ ਕਿਵੇਂ ਆ ਤਾਂ ਸਟਾਰਟਿੰਗ ਜਦੋਂ ਮੈਂ ਮਤਲਬ ਕਿ ਮਹਿੰਦਰਾ ਕਾਲਜ ਦੇ ਵਿੱਚ ਐਡਮਿਸ਼ਨ ਲਈ ਸੀ 2002 2003 ਦੇ ਵਿੱਚ ਉਸ ਤੋਂ ਬਾਅਦ ਮੈਂ ਗੇਮ ਕਰਦਾ ਸੀਗਾ ਵਧੀਆ ਮਤਲਬ ਕਿ ਸਪੋਰਟਸਮੈਨ ਹੁੰਦੇ ਸੀ ਅਸੀਂ ਸਾਡਾ ਗਰੁੱਪ ਹੁੰਦਾ ਹੁੰਦਾ ਸੀਗਾ ਪਰ ਅਸੀਂ ਹੌਲੀ ਹੌਲੀ ਉਹ ਗਰੁੱਪ ਚੇਂਜ ਕਰਕੇ ਲੜਾਈਆਂ ਵਾਲਾ ਗਰੁੱਪ ਬਣ ਗਿਆ ਸਾਡਾ ਉਹ ਲੜਾਈਆਂ ਜਦੋਂ ਕਰਨੀਆਂ ਤਾਂ ਉਹ ਹੋਸ਼ ਦੇ ਵਿੱਚ ਨਹੀਂ ਸੀ ਹੁੰਦੀਆਂ ਅਸੀਂ ਹੌਲੀ-ਹੌਲੀ ਨਸ਼ਾ ਕਰਨ ਲੱਗੇ ਇਸ ਵੇਲੇ ਇੱਕ ਸਮੈਕ ਦਾ ਨਸ਼ਾ ਕੀਤਾ ਸੀ ਸਭ ਤੋਂ ਪਹਿਲੀ ਵਾਰ ਨਸ਼ਾ ਸੀ ਅਰਬਨ ਸਟੇਟ ਕੀਤਾ ਸੀਗਾ ਤਿੰਨ-ਚਾਰ ਜਣਿਆਂ ਨੇ ਉਹਦੇ ਵਿੱਚ ਸਿਰਫ ਸਾਨੂੰ ਇਹੀ ਲਾਲਚ ਦਿੱਤਾ ਗਿਆ ਸੀਗਾ ਜਿਹੜੇ ਕੋਈ ਨਸ਼ਾ ਨੂੰ ਸਾ ਵੇਚਦੇ ਸੀ ਸਾਨੂੰ ਇਸ ਚੀਜ਼ ਦਾ ਲਾਲਚ ਦਿੱਤਾ ਗਿਆ ਸੀਗਾ ਕਿ ਤੁਹਾਡੀ ਜਿਹੜੀ ਗੇਮ ਆ ਉਹ ਉੱਪਰ ਨੂੰ ਜਾਊਗੀ ਉੱਥੇ ਮੈਂ ਸਭ ਤੋਂ ਪਹਿਲੀ ਵਾਰ ਜਦੋਂ ਸਮੈਕ ਲਈ ਤਾਂ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਲੱਗਿਆ ਇੱਕ ਦੋ ਦਿਨ ਮੈਨੂੰ ਪਤਾ ਨਹੀਂ ਲੱਗਿਆ ਮੈਂ ਰੈਗੂਲਰ ਲੈਦਾ ਰਿਹਾ ਸਮੈਕ ਮੈਨੂੰ ਬਿਲਕੁਲ ਪਤਾ ਨਹੀਂ ਲੱਗਿਆ ਇਹ ਉਸ ਤੋਂ ਬਾਅਦ ਮੈਨੂੰ 2-4 ਦਿਨਾਂ ਬਾਅਦ ਉਹਦਾ ਅਸਰ ਹੋਣਾ ਸ਼ੁਰੂ ਹੋ ਗਿਆ ਤੇ ਮੈਂ ਗਲਤ ਰਸਤੇ ਤੇ ਜਾਣ ਲੱਗ ਗਿਆ ਰੈਗੂਲਰ ਸਮੈਕ ਲੈਣੀ ਸ਼ੁਰੂ ਕਰਤੀ ਸ਼ਰਾਬ ਮਿਲਣੀ ਸ਼ਰਾਬ ਪੀ ਲੈਣੀ ਤੇ ਗੋਲੀਆਂ ਮਿਲਣੀਆਂ ਗੋਲੀਆਂ ਖਾ ਲੈਣੀਆਂ ਹਨਾ ਤੇ ਇਦਾਂ ਹੀ ਮੇਰੀ ਜ਼ਿੰਦਗੀ ਚੱਲਦੀ ਰਹੀ ਤੇ ਮੈਨੂੰ ਇਦਾਂ ਨਹੀਂ ਪਤਾ ਲੱਗਿਆ ਕਿ ਮੈਂ ਜਿਵੇਂ ਜਿਵੇਂ ਉਹ ਨਸ਼ੇ ਦੇ ਅੰਦਰ ਜਾ ਜਾ ਕੇ ਆਪਣਾ ਆਪ ਖਤਮ ਕਰਦਾ ਰਿਹਾ ਆਪਣੇ ਪਰਿਵਾਰ ਨੂੰ ਵੀ ਖਤਮ ਕਰਨਾ ਸ਼ੁਰੂ ਕਰਤਾ ਹੌਲੀ ਹੌਲੀ ਮੈਨੂੰ ਸਮਾਜ ਦੇ ਵਿੱਚ ਮੈਨੂੰ ਕੋਈ ਸਮਾਜ ਦੀ ਕੋਈ ਸੰਗ ਸ਼ਰਮ ਨਹੀਂ ਰਹੀ ਬਿਲਕੁਲ ਵੀ ਕਿਸੇ ਪ੍ਰਕਾਰ ਦੀ ਤੇ ਮੈਂ ਜਦੋਂ ਸਮੈਗ ਪੀਣ ਲੱਗ ਗਿਆ ਹੌਲੀ ਹੌਲੀ ਮੇਰੇ ਘਰ ਦੇ ਨੂੰ ਪਤਾ ਲੱਗ ਗਿਆ ਕਿ ਮੈਂ ਸਮੈਗ ਪੀਣ ਲੱਗ ਗਿਆ ਮੈਂ ਫੜਿਆ ਗਿਆ ਤਾਂ ਮੈਂ ਮੰਨਿਆ ਨਹੀਂ ਹੈਗਾ ਕਿ ਮੈਂ ਸਮੈਗ ਪੀਂਦਾ ਸੀਗਾ ਤਾਂ ਫਿਰ ਜਦੋਂ ਫਸਣ ਦੇ ਬਾਅਦ ਮੈਂ ਛੱਡਣਾ ਤਾਂ ਕੀ ਸੀਗਾ ਮੈਂ ਹੋਰ ਉਸ ਚੀਜ਼ ਦੇ ਵਿੱਚ ਅੰਦਰ ਚਲਾ ਗਿਆ ਕਿ ਕੋਈ ਚੱਕਰ ਹੀ ਨਹੀਂ ਆ ਹੁਣ ਕੋਈ ਸ਼ਰਮ ਹਿਆਈ ਨਹੀਂ ਰਹੀ ਮੈਨੂੰ ਕਿਸੇ ਪ੍ਰਕਾਰ ਦੀ ਨਾ ਕਿਸੇ ਸਮਾਜ ਦੀ ਰਹੀ ਨਾ ਕੁਝ ਈਵਨ ਮੈਂ ਇੱਥੋਂ ਤੱਕ ਵੀ ਆਪਣੇ ਪਰਿਵਾਰ ਦੇ ਵਿੱਚ ਰਹਿੰਦੇ ਹੋਏ ਜਿਹੜੀ ਮੇਰੀ ਮਾਤਾ ਨੇ ਮੇਰ ਤੋਂ ਮੈਂ ਨਸ਼ਾ ਕਰਨ ਲੱਗ ਗਿਆ ਜਿਹੜੇ ਘਰ ਚੋਂ ਨੇ ਪੈਸੇ ਰੱਖਣੇ ਮੈਂ ਉਹਦੇ ਕਿਸੇ ਕਿਤਾਬ 'ਚ ਰੱਖ ਲੈਣੇ ਮੇਰ ਤੋਂ ਵਿਚਾਰੀ ਨੇ ਲੁਕੋ ਕੇ ਜਾਂ ਕਿਤੇ ਵੀ ਰੱਖ ਲੈਣੇ ਤਾਂ ਉਹ ਮੈਂ ਚੋਰੀ ਚੱਕ ਲੈਣੇ ਤੇ ਉਸ ਤੋਂ ਬਾਅਦ ਉਹਨੇ ਦੁਖੀ ਹੋਣਾ ਤੇ ਮੈਂ ਆਪਣਾ ਨਸ਼ੇ ਦੀ ਲੋਰ ਦੇ ਵਿੱਚ ਆਨੰਦ ਮਾਣਨਾ ਲੋਮੋਟੇਲ ਦੀ ਗੋਲੀ ਮਿਲ ਗਈ 50 ਸਵੇਰੇ ਖਾ ਲਈਆਂ 50 ਰਾਤ ਨੂੰ ਖਾ ਲਈਆਂ ਤਮਾਕੂ ਤਮਾਕੂ ਮੈਂ ਦੋ ਇੱਕ ਇਧਰ ਲਾ ਲੈ ਇੱਕ ਇਧਰ ਲਾ ਲੈ ਚਾਰ ਚਾਰ ਜਗਾਂ ਨਾਲ ਇੱਕੋ ਵਾਰ ਚ ਤਮਾਕੂ ਲਾ ਕੇ ਆਪਣਾ ਮੂੰਹ ਤਮਾਕੂ ਨਾਲ ਭਰ ਲੈਣਾ ਤੇ ਮੈਂ ਜਿੱਥੋਂ ਵੀ ਨੰਗਣਾ ਗਲੀ ਮਹੱਲੇ ਚੋਂ ਜਾਂ ਕਿਤੋਂ ਵੀ ਨੰਗਣਾ ਤਾਂ ਲੋਕ ਮੈਨੂੰ ਦੇਖ ਕੇ ਪਾਸਾ ਵਟਣ ਲੱਗੇ ਕਿ ਯਾਰ ਇਹ ਅਮਲੀ ਆ ਗਿਆ ਇਸ ਮੈਕੀਆ ਆ ਗਿਆ ਮੈਨੂੰ ਕੋਈ ਫੀਲ ਨਹੀਂ ਸੀ ਹੁੰਦਾ ਹੁੰਦਾ ਕਿਉਂਕਿ ਮੈਨੂੰ ਤਾਂ ਕੋਈ ਪਰਵਾਹ ਹੀ ਨਹੀਂ ਸੀ ਕਿ ਮੈਨੂੰ ਤਾਂ ਆਪਣੇ ਨਸ਼ੇ ਤੱਕ ਮਤਲਬ ਸੀਗਾ ਨਾ ਮੇਰੀ ਭੈਣ ਸੀ ਭੈਣ ਸੀ ਨਾ ਮੇਰੀ ਮਾਂ ਸੀਗੀ ਨਾ ਮੇਰਾ ਪਿਓ ਸੀਗਾ ਪਰਿਵਾਰ ਦੇ ਵਿੱਚ ਕੋਈ ਨਹੀਂ ਸੀ ਰਹਾ ਜਦ ਕਿ ਉਹ ਮੌਜੂਦ ਸੀਗੇ ਬਸ ਇੱਕ ਸਿਰਫ ਮੇਰੀ ਸੋਚ ਕਰਕੇ ਮੇਰੀ ਸੋਚ ਕਰਕੇ ਮੇਰੇ ਨਸ਼ੇ ਦੀ ਸੋਚ ਕਰਕੇ ਪਰ ਮੇਰਾ ਪਰਿਵਾਰ ਦੇ ਵਿੱਚ ਕੋਈ ਨਹੀਂ ਸੀ ਰਹਾ ਤੇ ਰਾਤ ਨੂੰ ਕਈ ਵਾਰ ਮੈਂ ਉੱਠ ਕੇ ਦੇਖਣਾ ਕਿ ਜਦੋਂ ਮੈਂ ਨਸ਼ਾ ਕਰਦਾ ਹੁੰਦਾ ਸੀ ਨਸ਼ਾ ਕਰਨ ਲਈ ਜਾਂ ਮੈਂ ਉੱਠ ਕੇ ਵਾਸ਼ਰੂਮ ਜਾਣਾ ਜਾਂ ਮੈਂ ਕੁਝ ਕਰਨ ਜਾਣਾ ਤਾਂ ਮੇਰੀਆਂ ਸਿਸਟਰ ਨੇ ਜੀ ਦੋ ਘਰ ਦੇ ਵਿੱਚ ਉਸ ਟਾਈਮ ਤਾਂ ਉਹ ਸਿਸਟਰ ਰਾਤ ਨੂੰ 2 ਵਜੇ ਉੱਠ ਕੇ ਕੇਸੀ ਇਸ਼ਨਾਨ ਕਰਕੇ ਮੇਰੇ ਲਈ ਸੁਖਮਨੀ ਸਾਹਿਬ ਦਾ ਪਾਠ ਕਰਦੀਆਂ ਹੁੰਦੀਆਂ ਸੀਗੀਆਂ ਤੇ ਮੈਂ ਉਹਨਾਂ ਨੂੰ ਵੀ ਕਹਿ ਦਵਾਂਗਾ ਕਿ ਤੁਸੀਂ ਜੋ ਮਰਜ਼ੀ ਕਰੀ ਜੋ ਮੈਂ ਤਾਂ ਨਜ਼ਾਰੇ ਲੈਣੇ ਆ ਆਪਣੀ ਜ਼ਿੰਦਗੀ ਦੇ ਨਜ਼ਾਰੇ ਤਾਂ ਨਸ਼ੇ ਚ ਹੀ ਨੇ ਤੇ ਮੇਰੀ ਮਾਂ ਨੇ ਮਿੰਤਾਵਾਂ ਕਰਨੀਆਂ ਤੇ ਮੇਰੇ ਜਿਹੜੇ ਫਾਦਰ ਸਾਹਿਬ ਹੁੰਦੇ ਸੀਗੇ ਮੈਨੂੰ ਲੱਗਦਾ ਮੈਂ ਉਹਨਾਂ ਦੇ ਥਾਂ ਥਾਂ ਤੇ ਹੱਥ ਜੜਵਾਤੇ ਆਪਣੇ ਫਾਦਰ ਸਾਹਿਬ ਦੇ ਕਦੀ ਕਿਸੇ ਥਾਣੇ 'ਚ ਕਦੀ ਕਚਹਿਰੀਆਂ 'ਚ ਕਦੀ ਕਿਤੇ ਲੜਪਣਾ ਕਦੀ ਕਿਤੇ ਕਦੀ ਕਿਤੇ ਮੈਨੂੰ ਥਾਣੇ 'ਚ ਲੈ ਜਾਣਾ ਲੜਾਈ ਝਗੜੇ ਕਰਕੇ ਮੈਂ ਜਿੱਦਾਂ ਨਾਕਿਆਂ ਤੇ ਜਾਣਾ ਨਾਕਿਆਂ ਤੋਂ ਲੰਘਦੇ ਹੋਏ ਕਈ ਵਾਰੀ ਜੇਬ ਦੇ ਵਿੱਚ ਨਸ਼ਾ ਹੋਣਾ ਕਿਉਂਕਿ ਅਸੀਂ ਨਸ਼ਾ ਖਰੀਦ ਕੇ ਲਿਉਂਦੇ ਸੀਗੇ ਕਈ ਵਾਰੀ ਜੇਬ 'ਚ ਹੋਣਾ ਸਾਨੂੰ ਉਹਨਾਂ ਨੇ ਹੱਥ ਦੇਣਾ ਤਾਂ ਅਸੀਂ ਉਹਨਾਂ ਦੀ ਕੋਈ ਪ੍ਰਵਾਹ ਨਹੀਂ ਕਰਨੀ ਨਾਕਾ ਤੋੜ ਦੇਣਾ ਜਾਂ ਉਹਨਾਂ ਨੂੰ ਹੱਥ ਪੈਰ ਮਾਰ ਕੇ ਨਿਕਲ ਜਾਣਾ ਤਾਂ ਅੱਗੇ ਜਾ ਕੇ ਸਾਨੂੰ ਕੁਝ ਦੂਰੀ ਤੇ ਜਾ ਕੇ ਅਸੀਂ ਫੜ ਹੋ ਜਾਣਾ ਤਾਂ ਫਿਰ ਉੱਥੇ ਮੇਰੇ ਫਾਦਰ ਸਾਹਿਬ ਨੇ ਮਿੰਤਾ ਤਰਲੇ ਕਰਕੇ ਕੋਈ ਹੱਥ ਜੋੜਨੇ ਕਿਸੇ ਨੂੰ ਕਿਸੇ ਅਫ ਮਤਲਬ ਕਿ ਉਹ ਹਾਲਾਤ ਮੈਂ ਹੋਣੀ ਬਿਆਨ ਕਰ ਸਕਦਾ ਉਦੋਂ ਤਾਂ ਮੈਨੂੰ ਕੋਈ ਪਰਵਾਹ ਨਹੀਂ ਸੀਗੀ ਕਿ ਮੇਰਾ ਮੇਰੇ ਜਿਹੜੇ ਫਾਦਰ ਸਾਹਿਬ ਆ ਕਿੱਥੇ ਹੱਥ ਜੋੜਦੇ ਆ ਕਿੱਥੇ ਨਹੀਂ ਜੋੜਦੇ ਮੈਨੂੰ ਕੋਈ ਪਰਵਾਹ ਨਹੀਂ ਸੀਗੀ ਮੇਰੇ ਹਾਲਾਤ ਇੰਨੇ ਮਾੜੇ ਹੋ ਗਏ ਕਿ ਜਿਹੜੇ ਰੂਮ ਦੇ ਵਿੱਚ ਮੈਂ ਨਸ਼ਾ ਕਰਦਾ ਹੁੰਦਾ ਸੀਗਾ ਤਾਂ ਉਸ ਰੂਮ ਦੇ ਵਿੱਚ ਮੇਰੇ ਕੋਲ ਰਾਤ ਨੂੰ ਮੈਂ ਲਿਆ ਕੇ ਸਮੈਕ ਰੱਖਣੀ ਪਰ ਮੇਰੇ ਸਰੀਰਿਕ ਤੌਰ ਤੇ ਇੰਨੀ ਮਾੜੀ ਕੰਡੀਸ਼ਨ ਹੋ ਗਈ ਸੀਗੀ ਮੇਰੀ ਕਿ ਮੈਂ ਜਦੋਂ ਉੱਠਣਾ ਮੈਂ ਵਾਸ਼ਰੂਮ ਕਰਨ ਜਾਣਾ ਤਾਂ ਮੇਰੇ ਚ ਇੰਨੀ ਹਿੰਮਤ ਨਹੀਂ ਸੀ ਕਿ ਮੈਂ ਉੱਠ ਕੇ ਬੈੱਡ ਦੇ ਵਿੱਚੋਂ ਨਸ਼ਾ ਕੱਢ ਕੇ ਚੱਕ ਕੇ ਕਰ ਲਵਾਂ ਮੈਂ ਪਹਿਲਾਂ ਉੱਠਣਾ ਦੋਵੇਂ ਲੱਤਾਂ ਘੁੱਟਨੀਆਂ ਆਪਣੀਆਂ ਤੇ ਪ੍ਰੋਪਰ ਤਰੀਕੇ ਨਾਲ ਮੇਰੇ ਤੋਂ ਉੱਠਿਆ ਨਹੀਂ ਸੀ ਜਾਂਦਾ ਉਹਦਾ ਸਰੀਰ ਬਹੁਤ ਕਮਜ਼ੋਰ ਹੋ ਗਿਆ ਸੀ ਮੇਰੇ ਚ ਤਕਰੀਬਨ 55 ਤੋਂ 60 ਕਿਲੋ ਵਜ਼ਨ ਰਹਿ ਗਿਆ ਸੀਗਾ ਤੇ ਜਿਹੜੀ ਗੇਮ ਗੂਮ ਕਰਦੇ ਸੀ ਉਹ ਤਾਂ ਪਤਾ ਨਹੀਂ ਕਿੱਧਰ ਚਲੀ ਗਈ ਕਿੱਧਰ ਨਹੀਂ ਚਲੀ ਗਈ ਵਿੱਚੇ ਪਰਿਵਾਰ ਚਲਾ ਗਿਆ ਵਿੱਚੇ ਸਮਾਜ ਚਲਾ ਗਿਆ ਨਸ਼ੇ ਦੇ ਕੁਝ ਪਤਾ ਹੀ ਨਹੀਂ ਲੱਗਿਆ ਜੀ ਹਨਾ ਹੌਲੀ 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 ਚਲੋ ਜਿੱਦਾਂ ਮਾਤਾ ਨੇ ਘਰੇ ਇੱਕ ਉੱਥੋਂ ਬੁਲਾਇਆ ਕੋਰਾਲੀ ਤੋਂ ਕਿਸੇ ਸੰਤ ਸੀਗੇ ਬਾਬਾ ਜੀ ਉਹਨਾਂ ਤੋਂ ਅਰਦਾਸ ਕਰਾਈ 2-4 ਦਿਨਾਂ ਬਾਅਦ ਮੈਨੂੰ ਮੇਰੇ ਵੱਡੇ ਬ੍ਰਦਰ ਹੀ ਸੀਗੇ ਜੀ ਉਹ ਅਲੀਪੁਰ ਉਹਨਾਂ ਦਾ ਪਿੰਡ ਆ ਜੀ ਤੇ ਉਹ ਮੈਨੂੰ ਮੀਆਂਪੁਰ ਉਹਨਾਂ ਨੇ ਇੱਕ ਗੁਰਮਤਿ ਵਿਦਿਆਲਿਆ ਦਾ ਕੈਂਪ ਲਾਇਆ ਹੋਇਆ ਸੀਗਾ ਮੈਨੂੰ ਰਾਤ ਨੂੰ ਤਕਰੀਬਨ ਉਹ ਲੈਣ ਆਏ 10:30 11:00 ਵਜੇ ਉਸ ਤੋਂ ਪਹਿਲਾਂ ਮੈਂ ਹਰਿਆਣੇ ਤੋਂ ਆਪਣਾ ਨਸ਼ਾ ਲੈ ਕੇ ਆਇਆ ਸੀਗਾ 5-10 ਗ੍ਰਾਮ ਸਮੈਕ ਉਹ ਜਿਹੜੀ 5-10 ਸਮੈ 5-10 ਗ੍ਰਾਮ ਸਮੈਕ ਲਿਆਇਆ ਸੀਗਾ ਮੇਰੇ ਕੋਲ ਪੈਸੇ ਨਹੀਂ ਸੀਗੇ ਮੈਨੂੰ ਮੇਰੇ ਫਾਦਰ ਸਾਹਿਬ ਨੇ ਨਾ ਪਲੱਸ 2 ਦੇ ਵਿੱਚ ਮੈਂ ਮੋਟਰਸਾਈਕਲ ਮੰਗਾਈ ਯਾਮਾ RX100 ਉਹ ਮੈਨੂੰ ਮੇਰੇ ਫਾਦਰ ਸਾਹਿਬ ਨੇ 21200 ਦਾ ਜਾਮਾ ਲੈ ਕੇ ਦਿੱਤਾ ਸੀਗਾ ਕਿ ਚਲੋ ਇਹ ਮੁੰਡਾ ਹੁਣ ਪੜਨ ਲੱਗਿਆ ਪਲੱਸ 2 ਪਾਸ ਆਊਟ ਹੋ ਗਿਆ ਹੁਣ ਇਹ ਕਾਲਜ ਜਾਣਾ ਇਹਨੂੰ ਮੋਟਰਸਾਈਕਲ ਲੈ ਦੋ ਜਾਮਾ ਉਹ ਜਿਹੜੇ ਮੈਂ ਲਾਸਟ ਟਾਈਮ ਜਦੋਂ ਮੈਂ ਲਾਸਟ ਟਾਈਮ ਨਸ਼ਾ ਲੈ ਕੇ ਆਇਆ 15 ਤੋਂ 20 ਗ੍ਰਾਮ ਦੇ ਕਰੀਬ ਉਹ ਮੈਨੂੰ ਲੱਗਦਾ ਆਈ ਥਿੰਕ ਮੈਨੂੰ 2500 2800 ਦਾ ਹੋਣਾ ਉਹਦੇ ਪਿੱਛੇ ਮੈਂ ਆਪਣਾ ਮੋਟਰਸਾਈਕਲ ਉੱਥੇ ਹਰਿਆਣੇ ਚ ਦੇ ਆਇਆ ਜਿੰਨਾ ਤੋਂ ਮੈਂ ਸਮੈਕ ਲੈ ਕੇ ਆਉਂਦਾ ਹੁੰਦਾ ਸੀਗਾ ਉਹਨਾਂ ਨੂੰ ਦੇਤਾ 2500 21000 22000 ਦਾ ਮੋਟਰਸਾਈਕਲ ਤਾਂ ਚਲੋ ਫਾਦਰ ਸਾਹਿਬ ਨੂੰ ਪਤਾ ਸੀ ਮੈਂ ਤਾਂ ਨਸ਼ਾ ਕਰਦਾ ਸੀ ਮੇਨੂੰ ਤਾਂ ਆਪਣਾ ਨਸ਼ੇ ਤਾਂ મતਲਬ ਸੀਗਾ ਨਸ਼ਾ ਹੀ ਕੀਮਤੀ ਸੀਗਾ ਮੇਰੇ ਲਈ ਤੇ ਜਦੋਂ ਮੈਂ ਉਹ ਦੇ ਆਇਆ ਤਾਂ ਆ ਕੇ ਮੈਂ ਚਲੋ ਆਪਣਾ ਨਸ਼ਾ ਕਰਦਾ ਪਿਆ ਸੀਗਾ ਤੇ ਜਦੋਂ ਮੇਰੇ ਵੱਡੇ ਬ੍ਰਦਰ ਆਏ ਵੱਡੇ ਬ੍ਰਦਰ ਤਾਂ ਉਹਨਾਂ ਨੇ ਅਮਰਤ ਛਕਿਆ ਹੋ ਜੀ ਹੈ ਪਹਿਲਾਂ ਅਸੀਂ ਕਿਸੇ ਟਾਈਮ ਇਕੱਠੇ ਹੀ ਨਸ਼ਾ ਕਰਦੇ ਹੁੰਦੇ ਸੀਗੇ ਤੇ ਉਹ ਪਰ ਅਮਰਤ ਧਾਰੀ ਹੋ ਗਏ ਸੀਗੇ ਉਹਨਾਂ ਨੇ ਕੇਸ ਦਾੜੀ ਰੱਖ ਲਈ ਸੀਗੇ ਤਾਂ ਜਦੋਂ ਆਏ ਤਿੰਨ ਚਾਰ ਮੁੰਡੇ ਉਹਨਾਂ ਦੇ ਹੋਰ ਨਾਲ ਸੀਗੇ ਤੇ ਉਹ ਵੀ ਨਾਲ ਸੀਗੇ ਜਦੋਂ ਉਹਨਾਂ ਨੇ ਆ ਕੇ ਪਹਿਲਾ ਮੁੰਡਿਆ ਕਿਵੇਂ ਮੁੰਡਿਆਂ ਨੇ ਆ ਕੇ ਫੜ ਲਿਆ ਮੈਨੂੰ ਮੈਂ ਕਿਹਾ ਤੁਸੀਂ ਐਵੇਂ ਕਿਵੇਂ ਲੈ ਜਾਓਗੇ ਮੈਨੂੰ ਹਨਾ ਤਾਂ ਮੇਰੀ ਮਾਤਾ ਰੋਣ ਲੱਗ ਗਈ ਮੇਰੀ ਮਾਤਾ ਨੇ ਉੱਥੇ ਹੱਥ ਜੋੜੇ ਉਹਨੂੰ ਵੀਰੇ ਨੂੰ ਵੱਡਾ ਭਰਾ ਉਹਨੂੰ ਹੱਥ ਜੋੜ ਕੇ ਕਿਹਾ ਕਿ ਅੱਜ ਤੋਂ ਬਾਅਦ ਤੂੰ ਇਹਨੂੰ ਰੱਖ ਲੈ ਤੂੰ ਬਚਾ ਮਾਰ ਜੋ ਮਰਜ਼ੀ ਕਰ ਇਹਨੂੰ ਇਹਦੀ ਜ਼ਿੰਦਗੀ ਬਚਾਲਾ ਜੇ ਬਚਦੀ ਆ ਨੀ ਤਾਂ ਥੋੜੇ ਸਮੇਂ ਤੱਕ ਸਾਨੂੰ ਤਾਂ ਸਾਡੇ ਘਰ ਦੇ ਹਾਲਾਤ ਇਦਾਂ ਦੇ ਹੋ ਜਾਣੇ ਨੇ ਕਿ ਨਾ ਸਾਨੂੰ ਤਾਂ ਰਿਸ਼ਤੇਦਾਰ ਵੀ ਇਦਾਂ ਕਹਿਣ ਲੱਪੇ ਕਿ ਸਾਡੀਆਂ ਧੀਆਂ ਦੇ ਰਿਸ਼ਤੇ ਨਹੀਂ ਲੈਣੇ ਹੈਗੇ ਕਿਸੇ ਨੇ ਵੀ ਇੰਨੇ ਵੀ ਥੋੜੇ ਟਾਈਮ ਤੱਕ ਮਰ ਜਾਂਦਾ 55 ਕਿਲੋ ਵਜ਼ਨ ਰਹਿ ਗਿਆ ਇਹਦੇ ਚ 60 ਕਿਲੋ ਵਜ਼ਨ ਰਹਿ ਗਿਆ ਤੇ ਇਹ ਕਿਸੇ ਕੰਮ ਦਾ ਨਹੀਂ ਰਹਿਣਾ ਇਹਦਾ ਵੀ ਭੂਖ ਪੂਖ ਪਾਉਣਾ ਹੀ ਪੈਣਾ ਚਲੋ ਜਿੱਦਾਂ ਮੇਰਾ ਉਹ ਲੈਣ ਆਏ ਉਸ ਤੋਂ ਬਾਅਦ ਮੇਰਾ ਜੋ ਵੀ ਇਲਾਜ ਸੀਗਾ ਤਾਂ ਮੇਰੀ ਮਾਂ ਨੇ ਤੇ ਮੇਰੇ ਫਾਦਰ ਸਾਹਿਬ ਨੇ ਮੈਂ ਕੁਝ ਘਰ ਚ ਕੁਝ ਨਹੀਂ ਸੀ ਛੱਡਿਆ ਸਭ ਕੁਝ ਹੀ ਖਤਮ ਕਰਤਾ ਸੀਗਾ ਘਰ ਦਾ ਮੈਂ ਘਰ ਨੂੰ ਬਰਬਾਦੀ ਤੇ ਲੈ ਗਿਆ ਨਸ਼ਾ ਮੈਂ ਕਰਦਾ ਸੀਗਾ ਪਰ ਘਰ ਦੇ ਵੀ ਬਰਬਾਦ ਕਰਤੇ ਮੈਂ ਉਹਦੇ ਵਾਸਤੇ ਘਰਦਿਆਂ ਨੇ ਵਿਆਜ ਤੇ ਪੈਸੇ ਫੜੇ ਮੇਰੇ ਇਲਾਜ ਲਈ ਫਿਰ ਹੌਲੀ 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 ਜਦੋਂ ਮੈਂ ਉੱਥੇ ਪਹੁੰਚ ਗਿਆ ਤਾਂ ਮੇਰੀ ਦਿਮਾਗੀ ਸੰਤੁਲਨ ਖਰਾਬ ਹੁੰਦਾ ਗਿਆ ਜਿੱਦਾਂ ਮੈਨੂੰ ਰਾਤ ਨੂੰ ਨੀਂਦ ਨਹੀਂ ਸੀ ਆਉਂਦੀ ਪ੍ਰੋਪਰ ਤੇ ਮੈਂ ਨਾ ਪੁੱਠੀਆਂ ਸਿੱਧੀਆਂ ਜਿਹੀਆਂ ਗੱਲਾਂ ਕਰਨ ਲੱਗ ਗਿਆ ਮੈਨੂੰ ਪਤਾ ਹੀ ਨਹੀਂ ਸੀਗਾ ਕਿ ਸਾਹਮਣੇ ਕੌਣ ਆ ਰਿਹਾ ਕੌਣ ਜਾ ਰਿਹਾ ਮੈਨੂੰ ਪਤਾ ਹੀ ਨਹੀਂ ਸੀ ਲੱਗਣਾ ਜਿੱਦਾਂ ਬੰਦਾ ਪਾਗਲ ਨਹੀਂ ਹੋ ਗਿਆ ਹੁੰਦਾ ਜੀ ਉਦਾਂ ਦੇ ਹਾਲਾਤ ਮੇਰੇ ਹੋਗੇ ਉਦਾਂ ਦੇ ਹਾਲਾਤ ਹੋਣ ਦੇ ਬਾਵਜੂਦ ਜਦੋਂ ਉਹਨਾਂ ਨੇ ਦੇਖਿਆ ਕਿ ਇਹਦੇ ਹਾਲਾਤ ਵਿਗੜਦੇ ਜਾਂਦੇ ਨੇ ਕਿ ਸ਼ਾਇਦ ਹੀ ਬਚੇ ਹੋ ਸਕਦਾ ਕਿ ਇਹਦੀ ਮੌਤ ਵੀ ਹੋ ਸਕਦੀ ਆ ਜਦੋਂ ਉਹਨਾਂ ਨੇ ਮੇਰਾ ਬਲੱਡ ਪ੍ਰੈਸ਼ਰ ਵਗੈਰਾ ਚੈੱਕ ਕੀਤਾ ਤਾਂ ਮੇਰਾ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਵਧਿਆ ਹੋਇਆ ਸੀਗਾ ਤੇ ਹਾਰਟਬੀਟ ਵੀ 150 ਪਲੱਸ ਹੋ ਚੁੱਕੀ ਸੀਗੀ ਉਹਨਾਂ ਨੇ ਕੀ ਕੀਤਾ ਇੱਕ ਗਲਾਸ ਦੁੱਧ ਦਾ ਗਰਮ ਕਰਕੇ ਵਿੱਚ ਉਹਨਾਂ ਹੀ ਦੁੱਧ ਪਾਤਾ ਉਹਨਾਂ ਹੀ ਘੋ ਪਾਤਾ ਉਹ ਮੈਨੂੰ ਦੇਤਾ ਉਹਦੇ ਬਾਅਦ ਮੇਰੀ ਹਾਰਟਬੀਟ ਤੇ ਮੇਰਾ ਸਰੀਰ ਨਾਰਮਲ ਹੋਣਾ ਸ਼ੁਰੂ ਹੋ ਗਿਆ ਫਿਰ ਕੁਝ ਸਮੇਂ ਬਾਅਦ ਉਹ ਮੈਨੂੰ ਹਜ਼ੂਰ ਸਾਹਿਬ ਲੈ ਗਏ ਜਦੋਂ ਰਸਤੇ 'ਚ ਹਜੂਰ ਸਾਹਿਬ ਜਾਂਦਾ ਸੀਗਾ ਮੈਂ ਤਾਂ ਮੇਰੇ ਦਿਮਾਗੀ ਹਾਲਤ ਠੀਕ ਨਹੀਂ ਸੀਗੇ ਹਜੂਰ ਸਾਹਿਬ ਜਾ ਕੇ ਅਸੀਂ ਲੰਗਰ ਸਾਹਿਬ ਗਏ ਉੱਥੇ ਲੰਗਰ ਸਾਹਿਬ ਦੇ ਮੁੱਖ ਸੇਵਾਦਾਰ ਨੇ ਅੱਬਾ ਬਲਵਿੰਦਰ ਸਿੰਘ ਜੀ ਅਸੀਂ ਉਹਨਾਂ ਕੋਲ ਗਏ ਉਹਨਾਂ ਨੇ ਮੈਨੂੰ ਪੁੱਛਿਆ ਕਿ ਹਾਂ ਵੀ ਸਿੰਘਾ ਕੀ ਗੱਲ ਆ ਮੈਂ ਕਿਹਾ ਬਾਬਾ ਜੀ ਮੈਂ ਕਿਹਾ ਮੇਰੇ ਬੜੇ ਮਾੜੇ ਹਾਲਾਤ ਨੇ ਮੈਂ ਇਦਾਂ ਦਾ ਕਰਕੇ ਨਸ਼ਾ ਕਰਦਾ ਪਰ ਮੈਂ ਹੁਣ ਚਾਹਣਾ ਕਿ ਮੈਂ ਸਾਬਤ ਸੂਰਤ ਹੋ ਜਾ ਤਾਂ ਉਹ ਕਹਿੰਦੇ ਕੋਈ ਗੱਲ ਨਹੀਂ ਪੁੱਤ ਸਿਮਰਨ ਕਰਿਆ ਕਰ ਗੁਰਬਾਣੀ ਦੇ ਨਾਲ ਜੁੜ ਜਾ ਤੇ ਕਿਸੇ ਦਾਣੀ ਘਟਾਉਣੇ ਬੰਦ ਕਰ ਦੇ ਮੈਂ ਉਹਨਾਂ ਨੂੰ ਸਤ ਬਚਨ ਕਹਿ ਕੇ ਆ ਗਿਆ ਤਾਂ ਉਹ तकरीबन ਅਸੀਂ 7-8 ਦਿਨ ਉੱਥੇ ਰਹੇ ਆ ਤਾਂ ਉਸ ਦੌਰਾਨ ਅਸੀਂ ਲੰਗਰ ਸਾਹਿਬ ਮੈਂ ਰੋਜ਼ ਸਵੇਰੇ ਸਾਜਰੇ ਉੱਠ ਕੇ 2 ਵਜੇ ਜਾਣਾ ਆਪਣਾ ਇਸ਼ਨਾਨ ਪਾਣੀ ਕਰਕੇ ਨਾ ਉੱਥੇ ਨਾ ਲੰਗਰ ਸਾਹਿਬ ਰਾਤ ਦੇ ਭਾਂਡੇ ਪਏ ਹੁੰਦੇ ਸੀਗੇ ਉਹ ਮੈਂ ਜਾ ਕੇ 6 ਵਜੇ ਤੱਕ ਆਪਣਾ ਸਾਰੇ ਰਾਤ ਦੇ ਭਾਂਡਿਆਂ ਦੀ ਸੇਵਾ ਕਰਨੀ ਜਿੰਨੇ ਪਏ ਉਹਨੇ ਸਾਰੇ ਭਾਂਡਿਆਂ ਦੀ ਸੇਵਾ ਕਰਕੇ ਹੋਰ ਵੀ ਸੰਗਤ ਹੁੰਦੀ ਸੀਗੀ ਮੇਰੇ ਨਾਲ ਉਸ ਤੋਂ ਬਾਅਦ ਮੈਂ ਹਜ਼ੂਰ ਸਾਹਿਬ ਚਲੇ ਜਾਂਦਾ ਉਹ ਅੰਦਰ ਦਰਬਾਰ ਸਾਹਿਬ ਦੇ ਉੱਥੇ ਮੈਂ ਬੈਠ ਜਾਣਾ ਜਾ ਕੇ ਤੇ ਆਪਣਾ ਉੱਥੇ ਕੀਰਤਨ ਚੱਲਣਾ ਪਰ ਮੈਨੂੰ ਜੋ ਵੀ ਕੀਰਤਨ ਚੱਲਦਾ ਮੈਨੂੰ ਸਮਝ ਕੁਛ ਨਹੀਂ ਸੀ ਆਉਂਦੀ ਕਿ ਕੀ ਚੱਲਦਾ ਕੀ ਨਹੀਂ ਚੱਲਦਾ ਤੇ ਮੈਂ ਅੰਦਰ ਉੱਥੇ ਕੀਰਤਨ ਕੁਛ ਕੁ ਗੱਲਾਂ ਸਮਝ ਆ ਜਾਣੀਆਂ ਗੁਰੂ ਸਾਹਿਬ ਬਾਰੇ ਤਾਂ ਮੈਂ ਉਹ ਸੋਚ ਕੇ ਆਪਣਾ ਰੋਣ ਲੱਗ ਜਾਂਦਾ ਹੁੰਦਾ ਸੀਗਾ 7-8 ਦਿਨ ਉੱਥੇ ਸੇਵਾ ਕੀਤੀ ਚਲੋ ਵਾਪਸ ਆ ਗਏ ਕਾਫੀ ਮਾਨਸਿਕ ਤੌਰ ਤੇ ਮੈਂ ਕਾਫੀ ਠੀਕ ਹੋ ਗਿਆ ਉਸ ਤੋਂ ਬਾਅਦ ਆ ਕੇ ਮੈਂ ਥੋੜਾ ਥੋੜਾ ਪਾਠ ਪੜਨਾ ਸ਼ੁਰੂ ਕਰਤਾ ਸਿਰ ਤੇ ਮੈਨੂੰ ਦਸਤਾਰ ਨਹੀਂ ਸੀ ਜਿਹੜੀ ਹੋਣੀ ਆਉਂਦੀ ਮੈਂ ਉਹੀ ਵਾਸੋਂ ਹੀ ਲਪੇਟ ਕੇ ਆਪਣਾ ਦਸਤਾਰ ਜੀ ਸਿੱਧੀ ਜੀ ਕਰਕੇ ਉਹ ਸਿੱਧੀ ਪੁੱਠੀ ਜੀ ਕਰਕੇ ਬੰਨ ਲੈਣੀ ਉਸ ਤੋਂ ਬਾਅਦ ਫਿਰ ਫਤੇਗੜ ਸਾਹਿਬ ਜਾਣਾ ਸ਼ੁਰੂ ਕਰਤਾ ਉਹ ਚੱਲਦਾ ਚੱਲਦਾ ਰਿਹਾ ਫਿਰ ਮੈਂ ਨੈਕਸਟ ਆ ਗਿਆ ਆਪਣੇ ਦੁਖਨਵਾਨ ਸਾਹਿਬ ਸੇਵਾ ਕਰਨੀ ਬਾਣੀ ਪੜ੍ਹਨੀ ਸਿਮਰਨ ਕਰਨਾ ਹਨਾ ਤੇ ਬਾਰ ਬਾਰ ਆਹ ਸ਼ਬਦ ਦਾ ਉਚਾਰਨ ਕਰਨਾ ਚਾਚਰੀ ਸ਼ੰਦ ਗੋਬਿੰਦੇ ਮੁਕੰਦੇ ਉਧਾਰੇ ਅਪਾਰੇ ਹਰੀਆਂ ਕਰੀਏ ਨਿਰਨਾਮੇ ਆ ਕਾਮੇ ਕਈ ਸ਼ਬਦ ਹੁੰਦੇ ਸੀਗੇ ਜਿੱਦਾਂ ਮੈਂ ਜਪ ਸਾਹਿਬ ਦਾ ਪਾਠ ਕਰ ਲੈਣਾ ਰੋਜ਼ ਇੱਕ ਰੋਇ ਨੋਨੋ ਪਾਠ ਕਰਨੇ 8 8 10 10 ਪਾਠ ਕਰਨੇ ਜਪ ਸਾਹਿਬ ਦੇ ਫਿਰ ਜਬ ਸੁਖਮਨੀ ਸਾਹਿਬ ਦੇ 5 5 ਪਾਠ ਕਰਨੇ ਰੈਗੂਲਰ ਨਿਤਨੇਮ ਕਰਨਾ ਸਟਾਰਟ ਕਰਤਾ ਜਿਹਦਾ ਕਿ ਮੈਨੂੰ ਬਿਲਕੁਲ ਵੀ ਪਤਾ ਹੀ ਨਹੀਂ ਸੀਗਾ ਕਿ ਗੁਰਬਾਣੀ ਕਿੱਦਾਂ ਹੁੰਦੀ ਆ ਊੜਾ ੜਾ ਵੀ ਨਹੀਂ ਸੀ ਪਤਾ ਮੈਨੂੰ ਨਾ ਇਹ ਪਤਾ ਸੀਗਾ ਕਿ ਕਿੱਦਾਂ ਕੇਸ ਦਾੜੀ ਰੱਖਣੇ ਨੇ ਉਥੋਂ ਉਥੋਂ ਚੇਂਜ ਹੁੰਦਾ ਹੁੰਦਾ ਗਿਆ ਤਕਰੀਬਨ ਮੈਂ ਨਸ਼ਾ ਜਦੋਂ ਛੱਡਿਆ 7 ਤਰੀਕ ਸੀਗੀ 8ਵਾਂ ਮਹੀਨਾ ਸੀਗਾ ਤੇ 2009 ਸਨ ਸੀਗਾ ਪ੍ਰਮਾਤਮਾ ਨੇ ਇੱਕ ਸਿੱਧੇ ਰਸਤੇ ਤੇ ਚਲਾਤਾ ਤੇ ਫਿਰ ਪਰ ਮੈਂ ਜਦੋਂ ਸੁਧਰਿਆ ਤੇ ਸਭ ਕੁਝ ਮੇਰੇ ਚ ਚੇਂजेस ਆ ਗਏ ਜਦੋਂ ਮੈਂ ਅਮਰ ਸ਼ਕ ਲਿਆ ਨਿਤਨੇਮ ਕਰਨ ਲੱਗ ਪਾ ਪਾਣੀ ਪੜਨ ਲੱਗ ਗਿਆ ਤਾਂ ਫਿਰ ਮੇਰੇ ਮਨ ਦੇ ਵਿੱਚ ਵਿਚਾਰ ਆਉਣ ਲੱਗੇ ਕਿ ਮੇਰੀ ਇੱਕ ਭੈਣ ਦੋ ਭੈਣਾਂ ਸੀਗੀਆਂ ਇੱਕ ਮਾਂ ਸੀਗੀ ਤੇ ਇੱਕ ਪਿਓ ਸੀਗਾ ਕਿ ਜਿਨ੍ਹਾਂ ਨੇ ਮੈਂ ਥਾਂ ਥਾਂ ਤੇ ਹੱਥ ਜੜਵਾਤੇ ਆਪਣੇ ਫਾਦਰ ਸਾਹਿਬ ਦੇ ਆਪਣੀ ਮਾਂ ਨੂੰ ਥਾਂ ਥਾਂ ਤੇ ਮਿੰਨਤਾ ਕਰਨ ਲਾਤਾ ਸੀਗਾ ਤੇ ਆਪਣੀਆਂ ਭੈਣਾਂ ਬਾਰੇ ਵੀ ਕੁਝ ਨਹੀਂ ਸੀ ਸੋਚਿਆ ਕਿ ਉਹਨਾਂ ਨੂੰ ਵਿਆਹਣਾ ਜਾਂ ਨਹੀਂ ਵਿਆਹਣਾ ਇੱਥੋਂ ਤੱਕ ਵੀ ਰਿਸ਼ਤੇਦਾਰ ਵੀ ਗੱਲਾਂ ਕਰਨ ਲੱਗੇ ਸੀ ਕਿ ਇਹਨਾਂ ਦਾ ਵਿਆਹ ਨਹੀਂ ਹੋਣਾ ਦੀਆਂ ਭੈਣਾਂ ਦਾ ਇਹ ਤਾਂ ਮੁੰਡਾ ਦਾ ਸਮਝ ਕਿ ਇਹਨਾਂ ਦਾ ਜਦੋਂ ਮੈਂ ਆਪਣੀ ਸੋਜੀ ਚ ਆ ਗਿਆ ਅਮਰਤ ਸ਼ਕਲਿਆ ਸਿੰਘ ਸੱਜ ਗਿਆ ਤਾਂ ਫਿਰ ਮੈਨੂੰ ਆਪਣੇ ਬਾਰੇ ਪਤਾ ਲੱਗਿਆ ਕਿ ਮੈਂ ਕਿੱਦਾਂ ਦੇ ਹਾਲਾਤਾਂ 'ਚ ਸੀਗਾ ਮੇਰੇ ਘਰ ਦੇ ਕਿੱਦਾਂ ਦੇ ਹਾਲਾਤਾਂ 'ਚ ਲੈ ਜਾਂਦੇ ਮੈਂ ਨੈਕਸਟ ਫਿਰ ਅੱਜਕੱਲ੍ਹ ਦੇ ਸਮੇਂ ਦੀ ਵੀ ਮੈਂ ਗੱਲ ਕਰ ਲੈਣਾ ਨਾਲ ਦੀ ਨਾਲ ਕਿ ਅੱਜਕੱਲ੍ਹ ਜਿਹੜੇ ਬੱਚੇ ਨਸ਼ਾ ਕਰਦੇ ਨੇ ਜਾਂ ਜਿਹੜੇ ਬੰਦੇ ਡਰੱਗ ਲੈਂਦੇ ਨੇ ਉਹਨਾਂ ਦੇ ਘਰਾਂ ਦੇ ਹਾਲਾਤ ਕਿੱਦਾਂ ਦੇ ਨੇ ਮੈਂ ਇਹੀ ਹੀ ਇਹੀ ਸੰਦੇਸ਼ ਦੇਣਾ ਚਾਹਣਾ ਕਿ ਜਿਹੜੇ ਬੱਚੇ ਅੱਜ ਕੱਲ ਨਸ਼ਾ ਕਰਦੇ ਨੇ ਭਾਵੇਂ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਨਸ਼ਾ ਕਰਦੇ ਨੇ ਤਾਂ ਮੇਰੀ ਰਿਕੁਐਸਟ ਇਹੀ ਆ ਕਿ ਤੁਸੀਂ ਆਪਣੇ ਘਰ ਦੇ ਵਿੱਚ ਪਰਿਵਾਰ ਦੇ ਵਿੱਚ ਕਦੀ ਆਪਣੀ ਮਾਂ ਕੋਲ ਬੈਠ ਕੇ ਦੇਖਿਓ ਕਦੀ ਆਪਣੇ ਪਿਓ ਕੋਲ ਬੈਠ ਕੇ ਦੇਖਿਓ ਕਦੀ ਆਪਣੀ ਭੈਣ ਕੋਲ ਬੈਠ ਕੇ ਵੇਖਿਓ ਜੇ ਤੁਸੀਂ ਵਿਆਹੇ ਵਰੇ ਹੋ ਤਾਂ ਆਪਣੀ ਵਾਈਫ ਕੋਲ ਵੀ ਜਰੂਰ ਬੈਠ ਕੇ ਦੇਖਿਓ ਕਿ ਉਹ ਤੁਹਾਡੀ ਜੀਵਨ ਸਾਥੀ ਆ ਤੁਹਾਡੀ ਜ਼ਿੰਦਗੀ ਦੇ ਨਾਲ-ਨਾਲ ਤੁਹਾਡੇ ਘਰ ਦੀਆਂ ਦੀ ਤੁਹਾਡੇ ਪਰਿਵਾਰਕ ਮੈਂਬਰਾਂ ਦੀ ਵੀ ਜ਼ਿੰਦਗੀ ਨਾਲ ਜੁੜੀ ਹੋਈ ਆ ਤੁਹਾਨੂੰ ਇਹ ਸੋਚਣਾ ਚਾਹੀਦਾ ਕਿ ਤੁਹਾਡੀ ਮਾਂ ਨੇ ਤੁਹਾਡੇ ਲਈ ਕਿੰਨੀ ਤਪੱਸਿਆ ਕੀਤੀ ਆ ਕਿੱਦਾਂ ਤੁਹਾਨੂੰ ਜੰਮਿਆਂ ਪਾਲਿਆ ਵੱਡਿਆ ਕੀਤਾ ਇਸ ਕੰਮ ਲਈ ਨਹੀਂ ਕੀਤਾਗੇ ਤੁਸੀਂ ਨਸ਼ੇ ਕਰੋ ਤੇ ਉਹਨਾਂ ਦੀ ਬਦਨਾਮੀ ਕਰਵਾਓ ਬਾਕੀ ਮੈਂ ਲਾਸਟ ਦੇ ਵਿੱਚ ਇਹੀ ਕਹਣਾ ਚਾਹਣਾ ਕਿ ਗੁਰੂ ਸਾਹਿਬ ਨੂੰ ਮੰਨੋ ਗੁਰੂ ਸਾਹਿਬ ਦੀ ਬਾਣੀ ਪੜੋ ਚੰਗੇ ਕਰਮ ਕਰੋ ਸੇਵਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਮੈਂ ਆਪਣੀ ਕਹਾਣੀ ਆਪਣੀ ਜੀਵਨ ਬਾਰੇ ਦੱਸਿਆ ਤਾਂ ਜੇ ਕਿਸੇ ਨੂੰ ਇਸ ਚੀਜ਼ ਨੇ ਇਨਸਪਾਇਰ ਕੀਤਾ ਤਾਂ ਉਹ ਪਲੀਸ ਕਮੈਂਟ ਦੇ ਵਿੱਚ ਜ਼ਰੂਰ ਦੱਸਣ ਤੇ ਜੋ ਸਟਾਕਸ ਨੂੰ ਸਬਸਕ੍ਰਾਈਬ ਕਰਨੇ